ਉਹ ਗੱਲ ਸੁਣ। ਉਹ ਹਾਂ ਵੀ ਕਿੱਥੇ ਚੱਲਿਆ? ਜੰਗਲਵਾਲੀ ਚੱਲਿਆ ਸੀ ਹਲਕਾ ਹੁਣ। ਉਹ ਬਾਹਰ ਨਹੀਂ ਬਹਿੰਦੇ ਹੁੰਦੇ, ਇਹ ਆਪਣੀ ਸਿਹਤ ਵਾਸਤੇ ਬਹੁਤ ਹਾਨੀਕਾਰਕ ਹੁੰਦਾ। ਇਹ ਹਾਨੀਕਾਰਕ ਕਿਵੇਂ ਆ? ਮੈਂ ਤਾਂ ਆਪਦੇ ਘਰ ਦਾ ਐਡੀ ਦੂਰ ਚੱਲਿਆ ਖੇਤਾਂ 'ਚ। ਹੁਣ ਆਹ ਦੇਖ, ਉੱਧਰ ਵੇਖ, ਹੁਣ ਇੱਥੇ ਐਕਸਰਸਾਈਜ਼ ਆਉਂਦੇ ਆ ਕਰਨ, ਅਤੇ ਆਪਾਂ ਇੱਥੇ ਗੰਦ ਪਾਈ ਜਾਂਦੇ ਹਾਂ। ਨਾਲੇ ਜਦੋਂ ਪਤੰਗ ਉੱਡਦੀ ਆ ਅਤੇ ਜਦੋਂ ਉਹ ਕੱਟੀ ਜਾਂਦੀ ਆ ਅਤੇ ਆਪਣੇ ਘਰੇ ਡਿੱਗਦੀ ਆ, ਉਹ ਕਿਵੇਂ ਡਿੱਗਦੀ ਆ? ਹਵਾ ਨਾਲ। ਅਤੇ ਉਵੇਂ ਇਹ ਬਿਮਾਰੀ ਹਵਾ ਅਤੇ ਮੱਖੀਆਂ ਨਾਲ ਆਪਣੇ ਘਰ ਤੱਕ ਜਾਂਦੀ ਆ। ਅਤੇ ਨਾਲੇ ਘਰ ਦੀ ਲੇਡੀਜ਼ ਹੁੰਦੀ ਆ ਜਿਹੜੀਆਂ, ਆਪਾਂ ਤਾਂ ਚੱਲ ਬਾਹਰ ਆਊ ਜਾਂਦੇ ਹਾਂ, ਤਾਂ ਫਿਰ ਉਹ ਕਿੱਥੇ ਜਾਣ? ਸਮਝ ਗਿਆ? ਸਮਝ ਗਿਆ। ਅਤੇ ਨਾਲੇ ਇਸਦਾ ਮਤਲਬ ਇਹ ਆ ਵੀ ਘਰੇ ਸ਼ੌਚਾਲਿਆ ਬਣਾਓ ਅਤੇ ਸਵੱਛ ਭਾਰਤ ਲਿਆਓ। ਚੱਲ ਚੰਗਾ ਬਾਈ, ਅੱਗੇ ਤੋਂ ਧਿਆਨ ਰੱਖੂੰਗਾ। ਚੱਲ ਚੰਗਾ, ਫਿਰ ਮੈਂ ਚੱਲਦਾ। ਠੀਕ।